ਸ਼ੀਕਾਲ ਜੀ ਪੰਜਾਬੀ ਟਿਵੀਸ਼ਨ ਵੇਖ ਰਹੇ ਹਾਂ ਤੇ ਮੈਂ ਜੱਸੀ ਬੜਾਇਆ ਚ ਸੋ ਦੋਸਤੋ ਗੱਲ ਕਰੀਏ ਕਿ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਗੱਲ ਕਰੀਏ ਤਾਂ ਕਮੇਡੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਐਕਸ਼ਨ ਫਿਲਮਾਂ ਰਿਲੀਜ਼ ਹੁੰਦੀਆਂ ਨੇ ਰੋਮਾਂਟਿਕ ਫਿਲਮਾਂ ਰਿਲੀਜ਼ ਹੁੰਦੀਆਂ ਨੇ ਸੋ ਦੋਸਤੋ ਕਈ ਫਿਲਮਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਦੇ ਲਈ ਸਾਡੇ ਦਿਲ ਤੇ ਘਰ ਘਰ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਨਾ ਚਾਹ ਕੇ ਵੀ ਭੁੱਲ ਨਹੀਂ ਸਕਦੇ ਸਾਡੇ ਨਾਲ ਨਾਲ ਚੱਲਦੀਆਂ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਅਸੀਂ ਜ਼ਿੰਦਗੀ ਦੀ ਸੇਧ ਲੈਨੇ ਆ ਇਦਾਂ ਦੀਆਂ ਫਿਲਮਾਂ ਵੀ ਰ ਮੇਰਾ ਬਾਬਾ ਨਾਨਕ ਸੋ ਦੋਸਤੋ ਜਿਸ ਤਰੀਕੇ ਦੇ ਨਾਲ ਫਿਲਮ ਦਾ ਨਾਮ ਹੈ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਬਹੁਤ ਸਾਰੀਆਂ ਫਿਲਮਾਂ ਇਦਾਂ ਦੀ ਹੁੰਦੀਆਂ ਨੇ ਜਿਹੜੀਆਂ ਸਾਡੇ ਦਿਲ ਤੇ ਘਰ ਕਰ ਜਾਂਦੀਆਂ ਨੇ ਇਹ ਕਹਾਣੀ ਉਦਾਂ ਦੀ ਹੋਏਗੀ ਫਿਲਮ ਉਦਾਂ ਦੀ ਹੋਏਗੀ ਜਿਹੜੀ ਸਾਡੇ ਦਿਲ ਤੇ ਘਰ ਕਰ ਜੂਗੀ ਜਿਹੜੀ ਸਾਡੇ ਨਾਲ-ਨਾਲ ਚੱਲੂਗੀ ਜਿਸ ਤਰੀਕੇ ਦੇ ਨਾਲ ਦੋਸਤੋ ਫਿਲਮ ਰਿਲੀਜ਼ ਹੋਈ ਸੀ ਅਰਦਾਸ ਜਾਂ ਅਰਦਾਸ ਕਰਾਂ ਸੋ ਕਹਿ ਸਕਦਾ ਕਿ ਕੁਝ ਉਦਾਂ ਦਾ ਵੱਖਰਾ ਸਬਜੈਕਟ ਹੋਏਗਾ ਅਸੀਂ ਕਾਮੇਡੀ ਐਕਸ਼ਨ ਫਿਲਮਾਂ ਤਾਂ ਬਹੁਤ ਸਾਰੀਆਂ ਵੇਖਦੇ ਹਾਂ ਪਰ ਇਦਾਂ ਦੀਆਂ ਫਿਲਮਾਂ ਦੀ ਸਾਨੂੰ ਬੇਸਬਰੀ ਨਾਲ ਸਾਨੂੰ ਉਡੀਕ ਰਹਿੰਦੀ ਆ ਉਡੀਕ ਤਾਂ ਰਹਿੰਦੀ ਆ ਕਿਉਂਕਿ ਸੋ ਦੋਸਤੋ ਜਦੋਂ ਜਿਸ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਕਿ ਫਿਲਮ ਦਾ ਨਾਮ ਹੈ ਮੇਰਾ ਬਾਬਾ ਨਾਨਕ ਸਬਜੈਕਟ ਤਾਂ ਬਹੁਤ ਚੰਗਾ ਹੋਏਗਾ ਬਹੁਤ ਕਮਾਲ ਦਾ ਹੋਏਗਾ ਸੋ ਸਾਨੂੰ ਜੀਤ ਸਾਨੂੰ ਅਸੀਂ ਪ੍ਰੇਰਿਤ ਹੋਵਾਂਗੇ ਕੁਝ ਐਦਾਂ ਦੀ ਕਹਾਣੀ ਤਾਂ ਜ਼ਰੂਰ ਹੋਏਗੀ ਫਿਲਮ ਦੇ ਵਿੱਚ ਸੋ ਦੋਸਤੋ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਡਰੀ ਪਿਕਚਰ ਐਂਟਰਟੇਨਮੈਂਟ ਦੇ ਵੱਲੋਂ ਪ੍ਰੈਜ਼ੈਂਟ ਕੀਤਾ ਜਾਣਾਗਾ ਸੋ ਉੱਥੇ ਹੀ ਦੋਸਤੋ ਇਹ ਫਿਲਮ ਦਸੰਬਰ ਮਹੀਨੇ ਦੇ ਵਿੱਚ ਰਿਲੀਜ਼ ਹੋਏਗੀ ਵੈਸੇ ਵੀ ਅਸੀਂ ਅਕਸਰ ਚੈੱਕ ਕਰਦੇ ਹੁੰਦੇ ਹਾਂ ਕਿ ਦਸੰਬਰ ਮਹੀਨਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈਗਾ ਸੋ ਇੱਕ ਚੰਗਾ ਸਬਜੈਕਟ ਹੈ ਜਿਹੜਾ ਉਸ ਮਹੀਨੇ ਦੇ ਵਿੱਚ ਰਿਲੀਜ਼ ਹੋਏਗਾ ਸੋ ਦੋਸਤੋ ਉੱਥੇ ਹੀ ਫਿਲਮ ਦੀ ਸਟਾਰ ਕਾਸਟ ਬਾਰੇ ਵੀ ਤੁਹਾਨੂੰ ਮੈਂ ਜ਼ਰੂਰ ਜਾਣਨਾ ਪਾਵੇਂਗਾ ਫਿਲਮ ਦੇ ਫਿਲਮ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਜੀ ਅਮਨ ਮੀਤ ਸਿੰਘ ਹਰਾਂ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਫਿਲਮ ਨੂੰ ਲਿਖਿਆ ਤੇ ਬਹੁਤ ਚੰਗੇ ਔਰ ਤਰੀਕੇ ਦੇ ਨਾਲ ਉਹਨਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾਗਾ ਉੱਥੇ ਹੀ ਫਿਲਮ ਦੀ ਸਟਾਰ ਕਾਸਟ ਬਾਰੇ ਜ਼ਰੂਰ ਚਾਤ ਪਾਵਾਂਗੇ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਬਿਕਰਮਜੀਤ ਵਿਰਕ ਜੀ ਜੋ ਕਿ ਦੋਸਤੋ ਇਹਨਾਂ ਨੂੰ ਆਪਾਂ ਕਾਫੀ ਸੌਦੀਆਂ ਫਿਲਮਾਂ ਦੇ ਵਿੱਚ ਵੀ ਇਹਨਾਂ ਨੂੰ ਆਪਾਂ ਵੇਖ ਚੁੱਕੇ ਆਂ ਪੰਜਾਬੀ ਫਿਲਮਾਂ ਦੇ ਵਿੱਚ ਵੇਖ ਚੁੱਕੇ ਆਂ ਸੋ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਬਿਕਰਮਜੀਤ ਸਿੰਘ ਵਿਰਕ ਜੀ ਸੋ ਉਹਨਾਂ ਦੇ ਨਾਲ ਮੇਨ ਲੀਡ ਤੇ ਨਜ਼ਰ ਆਉਣਗੇ ਜੀ ਹ ਸੋ ਦੋਸਤੋ ਹਰਸ਼ਜੋਤ ਕੌਰ ਦੀ ਗੱਲ ਕਰੀਏ ਕਿ ਇਹਨਾਂ ਨੇ ਸਿੱਧੂ ਮੂਸੇ ਸਿੱਧੂ ਮੂਸੇ ਵਾਲਾ ਹੋਰਾਂ ਦੇ ਇੱਕ ਗੀਤ ਦੇ ਵਿੱਚ ਇਹਨਾਂ ਨੇ ਇੱਕ ਅਦਾਕਾਰੀ ਆਪਣੀ ਕੀਤੀ ਸੀ ਕਿ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਸੋ ਜਿਸ ਤਰੀਕੇ ਨਾਲ ਦੱਸਿਆ ਕਿ ਫਿਲਮ ਦੀ ਹੋ ਸਟਾਰ ਕਾਸਟ ਵਿਭਾਗ ਕਮਾਲ ਦੀ ਐ ਸੋ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਦੇ ਹੋਏ ਨਜ਼ਰ ਆਉਣਗੇ ਕੁੱਲ ਸਿੱਧੂ ਜੀ, ਮਿੰਟੂ ਕਾਪਾ, ਤਰਸੀਮ ਪੌਲ, ਮਹਾਵੀਰ ਭੁੱਲਰ, ਅਨੀਤਾ ਮੀਤਮ, ਸ਼ੀਮਾ ਕੌਸ਼ਲ ਜੀ, ਰਣਦੀਪ ਪੰਗੂ ਜੀ ਸੋ ਕਹਿ ਸਕਦੇ ਆ ਕਿ ਕਈ ਖਾਸ ਚਿਹਰੇ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਸੋ ਦੋਸਤੋ ਜਿਸ ਤਰੀਕੇ ਨਾਲ ਸੁਰਮੈ ਦੱਸਿਆ ਦਾ ਕਿ ਵਿਸੰਬਰ ਨੂੰ ਫਿਲਮ ਨੇ ਰਿਲੀਜ਼ ਹੋਣਾਗਾ ਸੋ ਦੋਸਤੋ ਜਿੱਥੇ ਅਸੀਂ ਬਹੁਤ ਮਨੋਰੰਜਕ ਫਿਲਮਾਂ ਵੇਖਦੇ ਆ ਕਮੇਡੀ ਫਿਲਮਾਂ ਵੇਖਦੇ ਆ ਐਕਸ਼ਨ ਫਿਲਮਾਂ ਵੇਖਦਾ ਇਹ ਫਿਲਮਾਂ ਵੀ ਸਾਡਾ ਕਿਤੇ ਨਾ ਕਿਤੇ ਸਾਡਾ ਹਿੱਸਾ ਹੁੰਦੀਆਂ ਨੇ ਇਹ ਫਿਲਮਾਂ ਤੋਂ ਅਸੀਂ ਪ੍ਰੇਰਿਤ ਹੁੰਨੇ ਆ ਪੰਜਾਬੀ ਸਿਨੇਮੇ ਵਿੱਚ ਅਸੀਂ ਇਹ ਜ਼ਰੂਰ ਸਾਡੀ ਭੁੱਖ ਰਹਿੰਦੀ ਆ ਪਾਲ ਰਹਿੰਦੀ ਆ ਕਿ ਐਦਾਂ ਦੀਆਂ ਫਿਲਮਾਂ ਵੀ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਜਿਨ੍ਹਾਂ ਤੋਂ ਅਸੀਂ ਕੋਈ ਨਾ ਕੋਈ ਸੇਧ ਕੋਈ ਨਾ ਕੋਈ ਮੈਸੇਜ ਲੈ ਸਕੀਏ ਸੋ ਇੱਕ ਕਹਾਣੀ ਉਹਨਾਂ ਦੇ ਵਿੱਚੋਂ ਇੱਕ ਹੋ ਕਮਾਲ ਦੀ ਕਹਾਣੀ ਹੋਏਗੀ ਜੋ ਕਹਾਣੀ ਦੇ ਵਿੱਚ ਸਾਨੂੰ ਬਹੁਤ ਕੁਝ ਆਪ ਮੁਹਾਰੇ ਸਾਨੂੰ ਸਿੱਖਣ ਨੂੰ ਮਿਲੂਗਾ ਅਸੀਂ ਐਦਾਂ ਦਾ ਸਿਨੇਮਾ ਸੀ ਜਿਹਨੂੰ ਜਿਹਨੂੰ ਅਸੀਂ ਕਿ ਮਾਂ ਦੇ ਨਾਲ ਕਹਿ ਸਕੀਏ ਵੀ ਹਾਂ ਇਹ ਸਾਡੀ ਸਾਡੀ ਜ਼ੁਬਾਨ ਦੀ ਫਿਲਮ ਹੈ ਸਾਡੀ ਫਿਲਮ ਹੈਗੀ ਉਹ ਘੱਟ ਫਿਲਮਾਂ ਹੁੰਦੀਆਂ ਨੇ ਇਸ ਫਿਲਮ ਨੂੰ ਅਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਪੂਰੇ ਬੱਚਿਆਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਫਿਲਮ ਨੂੰ ਅਸੀਂ ਵੇਖਾਂਗੇ ਸਿੱਖਾਂਗੇ ਤੇ ਮਾਣਾਂਗੇ ਸੋ ਦੋਸਤੋ ਜਦੋਂ ਵੀ ਫਿਲਮ ਦਾ ਕੋਈ ਤੇਜ਼ ਟ੍ਰੇਲਰ ਆਏਗਾ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਅਸੀਂ ਪੰਜਾਬੀ ਟੇਸ਼ਨ ਦੇ ਵੱਲੋਂ ਡ੍ਰੀਮ ਪਿਕਚਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿੰਦੇ ਆ ਕਿ ਉਹਨਾਂ ਨੇ ਇੱਕ ਚੰਗਾ ਸਬਜੈਕਟ ਨੂੰ ਚੁਣਿਆ ਤੇ ਉਸ ਉਸ ਸਬਜੈਕਟ ਨੂੰ ਇੱਕ ਫਿਲਮੀ ਰੂਪ ਦਿੱਤਾ ਇੱਕ ਕਹਾਣੀ ਦਾ ਰੂਪ ਦਿੱਤਾ